ਦੇ ਨਾਮ ਤੇ ਕਰੋਨਾ ਦੇ ਨਾਮ ਤੇ ਜੋ ਅਫਵਾਹ ਫੈਲ ਰਹੀਆਂ ਨੇ ਉਹ ਤਾਂ ਸਾਡੇ ਉੱਪਰ ਬਹੁਤ ਪ੍ਰਭਾਵ ਪੈ ਰਿਹਾ ਹੈ। ਮਾਰਕੀਟ ਦੇ ਵਿੱਚ ਇਸ ਚੀਜ਼ ਦਾ ਬਹੁਤ ਪ੍ਰਭਾਵ ਹੈ, ਗਾਹਕੀ ਦੇਖਣ ਨੂੰ ਨਹੀਂ ਮਿਲ ਰਹੀ, ਕਸਟਮਰ ਪਿੱਛੇ ਹਟ ਰਹੇ ਨੇ ਕਿ ਦਿਮਾਗ 'ਚ ਹੈ ਕਿ ਸਾਰਾ ਸਮਾਨ ਚਾਈਨਾ ਤੋਂ ਆ ਰਿਹਾ। ਘੱਟਾ ਦੁਕਾਨਦਾਰਾਂ ਨੂੰ ਇਹ ਪੈ ਰਿਹਾ ਸਰ, ਮਤਲਬ ਕਸਟਮਰ ਕੋਈ ਨਹੀਂ ਆ ਰਿਹਾ, ਸਕੂਲਾਂ ਵਿੱਚ ਬੱਚੇ ਬੱਚਿਆਂ ਕਿਹਾ ਜਾ ਰਿਹਾ ਵੀ ਮਤਲਬ ਕਿ ਕਰੋਨਾ ਵਾਇਰਸ ਕਰਕੇ ਰੰਗ ਨਹੀਂ ਖੇਡਣਾ, ਇਸ ਕਰਕੇ ਕੋਈ ਕਸਟਮਰ ਵੀ ਆ ਜਾ ਰਿਹਾ ਬਿਲਕੁਲ ਵਿਹਲੇ ਬੈਠੇ ਸਵੇਰ ਦੇ, ਮਤਲਬ ਕੋਈ ਐਂ ਕਰਦਾ ਨਹੀਂ, ਮਤਲਬ ਪੈਸੇ ਪੂਰੇ ਕਰਨ ਵਾਲੀ ਗੱਲ ਨਹੀਂ। ਲੋਕ ਪੂਰੀ ਦੁਨੀਆ ਵਿੱਚ ਕਰੋਨਾ ਵਾਇਰਸ ਦਾ ਖੌਫ ਪਾਇਆ ਜਾ ਰਿਹਾ ਅਤੇ ਭਾਰਤ ਵਿੱਚ ਵੀ ਇਸ ਵਾਇਰਸ ਦੇ ਕਈ ਮਰੀਜ਼ ਸਾਹਮਣੇ ਆ ਰਹੇ ਹੈ, ਪਰ ਕਈ ਤਰ੍ਹਾਂ ਦੀਆਂ ਅਫਵਾਹਾਂ ਨੇ ਲੋਕਾਂ ਨੂੰ ਭੈਭੀਤ ਕੀਤਾ ਹੋਇਆ। ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਆਖਿਆ ਜਾਂਦਾ ਅਤੇ ਕਰੋਨਾ ਵਾਇਰਸ ਦੇ ਚੱਲਦਿਆਂ ਭਾਰਤ ਵਿੱਚ ਮਨਾਏ ਜਾ ਰਹੇ ਹੋਲੀ ਦੇ ਤਿਉਹਾਰ ਦੀਆਂ ਰੌਣਕਾਂ ਫਿੱਕੀਆਂ ਨਜ਼ਰ ਆ ਰਹੀਆਂ। ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਦੇ ਚੱਲਦਿਆਂ ਹੋਲੀ ਮੌਕੇ ਬਾਜ਼ਾਰਾਂ ਵਿੱਚੋਂ ਰੌਣਕ ਪੂਰੀ ਤਰ੍ਹਾਂ ਗਾਇਬ ਨਜ਼ਰ ਆ ਰਹੀ ਹੈ। ਦੁਕਾਨਦਾਰ ਰੰਗ ਬਿਰੰਗੇ ਰੰਗਾਂ ਦੀਆਂ ਦੁਕਾਨਾਂ ਸਜਾ ਕੇ ਗਾਹਕਾਂ ਦੀ ਉਡੀਕ ਕਰਦੇ ਦੇਖੇ ਜਾ ਸਕਦੇ ਹੈ। ਮੋਗਾ ਦੇ ਬਾਜ਼ਾਰ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਫੈਲੀਆਂ ਅਫਵਾਹਾਂ ਕਾਰਨ ਮੰਦੇ ਦੀ ਮਾਰ ਚੱਲ ਰਹੇ ਦੁਕਾਨਦਾਰਾਂ ਨਾਲ ਸਾਡੇ ਸਹਿਯੋਗੀ ਜੋਗਿੰਦਰ ਸਿੰਘ ਗਿੱਲ ਵੱਲੋਂ ਕੀਤੀ ਗਈ ਗੱਲਬਾਤ ਦੌਰਾਨ ਕੀ ਕਿਹਾ ਦੁਕਾਨਦਾਰਾਂ ਨੇ, ਪੇਸ਼ ਹੈ ਇੱਕ ਵਿਸ਼ੇਸ਼ ਰਿਪੋਰਟ। ਕਮਲਦੀਪ ਸਿੰਘ ਜੀ, ਅਰੋੜਾ ਜਨਰਲ ਸਟੋਰ ਤੋਂ ਬੋਲ ਰਿਹਾ ਜੀ ਮੈਂ। ਤੋਂ ਸਰ, ਹੋਲੀ ਦਾ ਤਿਉਹਾਰ ਆਇਆ ਜੀ, ਕਰੋਨਾ ਵਾਇਰਸ ਕਰਕੇ ਕੋਈ ਲੋਕਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਮਿਲ ਰਿਹਾ ਤੁਹਾਨੂੰ? ਸਰ, ਜਦੋਂ ਦੀ ਕਰੋਨਾ ਵਾਇਰਸ ਗੱਲ ਚੱਲੀ ਹੈ, 2 ਮਹੀਨੇ ਤੋਂ ਬਹੁਤ ਸਾਰੀਆਂ ਅਫਵਾਹਾਂ ਦੇ ਵਿੱਚ ਆਪਾਂ ਬਿਜ਼ੀ ਹੋ ਗਏ ਹਾਂ, ਸ਼ੇਅਰ ਕਰਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ, ਜਿਹਦਾ ਕੋਈ ਸੱਚ ਪ੍ਰਮਾਣ ਨਹੀਂ ਦੇਖਣ ਨੂੰ ਮਿਲਦਾ ਆਪਾਂ ਨੂੰ। ਕਿਉਂਕਿ ਜੋ ਹੋਲੀ ਦਾ ਕੰਮ ਹੈਗਾ, ਇਹ ਜਿਹੜੇ ਰੰਗ ਆਉਂਦੇ ਨੇ, ਇਹ ਪਹਿਲੀ ਗੱਲ ਇੰਡੀਆ ਦੇ ਵਿੱਚ ਹੀ ਬਣਦੇ ਨੇ, ਚਾਈਨਾ ਤੋਂ ਕੋਈ ਕਿਸੇ ਤਰ੍ਹਾਂ ਦਾ ਰੰਗ ਇੰਪੋਰਟ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚ ਹੋਲੀ ਮਨਾਈ ਨਹੀਂ ਜਾਂਦੀ। ਉੱਧਰ ਸਾਰਾ ਰੰਗ ਇੰਡੀਆ ਦੇ ਵਿੱਚ ਬਣਦਾ, ਬਹੁਤ ਸਾਰੀ ਕੁਆਲਿਟੀਜ਼ ਆਉਂਦੀਆਂ ਨੇ। ਜਿਵੇਂ ਤੁਸੀਂ ਦੇਖੋਗੇ, ਸਾਡੇ ਕੋਲ ਫਰੂਟ ਹਰਬਲ ਗੁਲਾਲ ਆ ਰਹੇ ਹੈ, ਫਰੂਟ ਦੇ ਕਲਰ ਬਣੇ ਹੋਏ ਨੇ, ਫਰੂਟ ਤੋਂ ਤਿਆਰ ਹੁੰਦੇ ਨੇ, ਹਰਬਲ ਗੁਲਾਲ ਆਉਂਦੇ ਨੇ ਜਿਹੜੇ ਬਿਲਕੁਲ ਹੀ ਕਿਸੇ ਦਾ ਵੀ ਸਾਈਡ ਇਫੈਕਟ ਨਹੀਂ ਹੈ, ਟੋਟਲੀ ਨੋਨ ਟੋਕਸਿਕ ਕਲਰਸ ਨੇ ਜਿਹਦੇ ਉੱਪਰ ਸਾਈਡ ਇਫੈਕਟ 1% ਵੀ ਨਹੀਂ ਹੈ। ਸਰ, ਚਾਈਨਾ 'ਚੋਂ ਵੀ ਕੋਈ ਮਾਲ ਆਇਆ ਜੀ? ਸਰ, ਚਾਈਨਾ ਤੋਂ ਇਸ ਟਾਈਮ ਕੁਛ ਨਹੀਂ ਆ ਰਿਹਾ, ਜਿਹੜੇ ਟੋਇਜ਼ ਵਗੈਰਾ ਆ ਰਹੇ ਸੀਗੇ ਉਹ ਬਹੁਤ ਹੱਦ ਤੱਕ ਬੰਦ ਹੋ ਚੁੱਕੇ ਨੇ, ਸਭ ਇੰਡੀਅਨ ਫੈਕਟਰੀਜ਼ ਨੂੰ ਇਸ ਤਰ੍ਹਾਂ ਦਾ ਬਹੁਤ ਮੁਨਾਫਾ ਮਿਲ ਰਿਹਾ, ਇੰਡੀਅਨ ਕੁਆਲਿਟੀਜ਼ ਦੇ ਵਿੱਚ ਬਹੁਤ ਸਾਰੀ ਚਰਚਾ ਵਿੱਚ ਹੈਗੀਆਂ ਚੀਜ਼ਾਂ ਨੇ, ਕਾਫੀ ਸਾਰੀ ਜਿਹੜੀ ਪਿਚਕਾਰੀਆਂ ਨੇ ਹੁਣ ਤੁਸੀਂ ਦੇਖੋਗੇ ਇੰਡੀਆ ਦੇ ਵਿੱਚ ਬਣ ਰਹੀਆਂ ਨੇ, ਲੇਕਿਨ ਫਿਰ ਵੀ ਚਾਈਨਾ ਦੇ ਨਾਮ ਅਤੇ ਕਰੋਨਾ ਦੇ ਨਾਮ 'ਤੇ ਜੋ ਅਫਵਾਹਾਂ ਫੈਲ ਰਹੀਆਂ ਨੇ ਉਹਦਾ ਸਾਡੇ ਉੱਪਰ ਬਹੁਤ ਪ੍ਰਭਾਵ ਪੈ ਰਿਹਾ। ਮਾਰਕੀਟ ਦੇ ਵਿੱਚ ਇਸ ਚੀਜ਼ ਦਾ ਬਹੁਤ ਪ੍ਰਭਾਵ ਹੈ, ਗਾਹਕੀ ਦੇਖਣ ਨੂੰ ਨਹੀਂ ਮਿਲ ਰਹੀ, ਕਸਟਮਰ ਪਿੱਛੇ ਹਟ ਰਹੇ ਨੇ ਕਿ ਦਿਮਾਗ 'ਚ ਹੈ ਕਿ ਸਾਰਾ ਸਮਾਨ ਚਾਈਨਾ ਤੋਂ ਆ ਰਿਹਾ, ਕਿਉਂਕਿ ਅਸੀਂ ਯੂਜ਼ ਟੂ ਹੋ ਚੁੱਕੇ ਚਾਈਨਾ ਦੀ। ਅੱਜ ਕੱਲ੍ਹ ਇਸ ਚੀਜ਼ ਦਾ ਬਹੁਤ ਪ੍ਰਭਾਵ ਦੇਖਣ ਨੂੰ ਮਿਲ ਰਿਹਾ, ਗਾਹਕੀ ਬਿਲਕੁਲ 0% ਹੈ, ਸਾਈਡ ਇਫੈਕਟ ਇਹਦੇ ਬਿਜ਼ਨਸ ਦੇ ਉੱਪਰ ਇੰਨੇ ਕੁ ਪਏ ਨੇ ਕਿ 70% ਕੱਟ ਆਫ ਹੋ ਗਈ ਹੈ ਮਾਰਕੀਟ ਲਾਈਨ ਸਾਡੀ। ਕਿੱਥੇ ਅਸੀਂ ਇਸ ਟਾਈਮ ਦੇ ਵਿੱਚ ਬਿਜ਼ੀ ਹੁੰਦੇ ਸੀ, ਸਾਡੇ ਕੋਲ ਗਾਹਕੀ ਹੁੰਦੀ ਸੀਗੀ, ਟਾਈਮ ਨਹੀਂ ਹੁੰਦਾ ਸੀ ਰੋਟੀ ਖਾਣ ਦਾ ਵੀ, ਪਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਿਲਕੁਲ ਅਸੀਂ ਫ੍ਰੀ ਬੈਠੇ ਹਾਂ, ਕਰੋਨਾ ਵਾਇਰਸ ਨੇ ਸਾਡਾ ਬਿਲਕੁਲ ਬਿਜ਼ਨਸ ਖਤਮ ਕਰ ਦਿੱਤਾ। ਇਸ ਕਰਕੇ ਕੋਈ ਕਸਟਮਰ ਵੀ ਆ ਜਾ ਰਿਹਾ ਬਿਲਕੁਲ ਵਿਹਲੇ ਬੈਠੇ ਸਵੇਰ ਦੇ, ਮਤਲਬ ਕਿ ਕੋਈ ਐਵੇਂ ਗੱਲ ਨਹੀਂ, ਮਤਲਬ ਪੈਸੇ ਪੂਰੇ ਕਰਨ ਵਾਲੀ ਗੱਲ ਹੈ, ਕੋਈ ਕਸਟਮਰ ਨਹੀਂ ਆ ਰਿਹਾ ਇਸ ਟਾਈਮ, ਉਸ ਤਾਂ ਮਤਲਬ ਕਿ ਲੋਕਾਂ ਦਿਮਾਗਾਂ 'ਚ ਇਹੀ ਵੜਿਆ ਵੀ ਮਤਲਬ ਕਰੋਨਾ ਵਾਇਰਸ ਕਰਕੇ ਮਤਲਬ ਕਿ ਇਹਦੇ ਰੰਗ ਦੀ ਮਤਲਬ ਕਿ ਕਰੋਨਾ ਵਾਇਰਸ ਵਰਸਿਆ ਹੋਇਆ ਜੀ, ਇਹਦੇ 'ਚ ਚਾਈਨਾ ਤੋਂ ਮਾਲ ਆ ਰਿਹਾ, ਇਸ ਕਰਕੇ ਨਾ ਇਸ ਕਰਕੇ ਚਾਹੇ ਕੋਈ ਰੰਗ ਲੈ ਨਹੀਂ ਰਿਹਾ, ਕਲਰ ਕੋਈ ਚਾਈਨਾ ਦੇ ਵਿੱਚ ਨਹੀਂ ਆ ਰਿਹਾ, ਰੰਗ ਆਏ ਨੂੰ ਮਤਲਬ 10 ਸਾਲ ਹੋ ਚੱਲਿਆ ਜੀ, ਮਤਲਬ ਕਰੋਨਾ ਵਾਇਰਸ ਚੱਲਣਾ ਮਹੀਨਾ ਹੋਇਆ ਜੀ, ਹਾਲੇ ਰੰਗ ਦਾ ਪਹਿਲਾਂ ਉਸ ਤੋਂ ਬਾਅਦ ਸਾਲ ਆ ਚੁੱਕਾ ਵਾ। ਵਾਇਰਸ ਕਾਰਨ ਤੁਹਾਨੂੰ ਕਿੰਨਾ ਘਾਟਾ ਪੈ ਰਿਹਾ? ਵਾਇਰਸ ਕਰਕੇ ਘਾਟਾ ਸਰ, ਮਤਲਬ ਕਿ ਸਾਨੂੰ ਮਤਲਬ ਕਿ ਕੰਪਲੀਟ ਹੋ ਰਹੇ, ਮਤਲਬ ਪੇਮੈਂਟ ਸਾਰੀ ਲੱਗੀ, ਲਾਗਤ ਪੂਰੀਆਂ ਨਹੀਂ ਹੋ ਰਹੀ, ਮਤਲਬ ਕਿ ਲਾਗਤ ਅੱਧੀਆਂ ਵੀ ਪੂਰੀਆਂ ਹੋਈਆਂ, ਮਤਲਬ ਪੱਲੇ ਪਈਆਂ ਪਏ, ਨੂੰ ਘਾਟਾ ਪੈ ਰਿਹਾ ਜੀ। ਇਹਨਾਂ ਰੰਗ ਸਾਰਾ ਇੰਡੀਅਨ ਆ ਰਿਹਾ, ਕਰੋਨਾ ਵਾਇਰਸ ਕਰਕੇ ਵੀ ਅਗਲਾ ਕਹਿੰਦਾ ਪਤਾ ਨਹੀਂ ਚਾਈਨਾ ਤੋਂ ਉਹਨਾਂ ਰੰਗ ਆਇਆ ਹੋਵੇ, ਪਰ ਰੰਗ ਸਾਰਾ ਇੰਡੀਅਨ ਆ ਰਿਹਾ, ਜੈਪੁਰ ਦਾ ਰੰਗ ਹੈ ਸਾਰਾ।
ਜੈਪੁਰ ਦਾ ਇੱਥੇ ਕਨਾਲ ਦਾ ਮਤਲਬ ਕਿ ਲੋਕ ਰੰਗ ਆ ਇੰਡੀਆ ਦਾ ਹੀ ਸਾਰਾ ਰੰਗ। ਲੋਕਾਂ ਵਿੱਚ ਕੀ ਉਤਸ਼ਾਹ ਮਿਲ ਰਿਹਾ ਜੀ ਤੁਹਾਨੂੰ ਦੇਖਣ ਨੂੰ? ਉਹ ਇਹਦਾ ਐਰ ਕਿ ਉਤਸ਼ਾਹ ਉਸੇ ਕਰਕੇ ਲੋਕਾਂ 'ਚ ਡਰ ਪਿਆ ਹੋਇਆ ਵੀ ਕਿਤੇ ਰੰਗ ਉੱਥੋਂ ਚਾਈਨਾ ਤੋਂ ਆਇਆ ਹੋਵੇ, ਪਰ ਰੰਗ ਸਾਰਾ ਇੰਡੀਅਨ ਆ। ਸਰ ਇੱਕ ਤਾਂ ਕੋਈ ਮਾਲ ਚਾਈਨਾ 'ਚੋਂ ਨਹੀਂ ਆਇਆ? ਨਾ ਨਾ, 1% ਵੀ ਨਹੀਂ। ਸਾਰਾ ਇੰਡੀਆ ਚਾਈਨਾ ਦਾ ਰੰਗ ਸ਼ੁਰੂ ਤੋਂ ਨਹੀਂ ਆਉਂਦਾ, ਸਟਾਰਟਿੰਗ ਤੋਂ ਨਹੀਂ ਆਉਂਦਾ। ਬਸ ਇਹਦਾ ਐਵੇਂ ਵੀ ਲੋਕਾਂ 'ਚ ਜਿਹੜੇ ਮਨ 'ਚ ਅਫਗਾਹ ਆ ਉਸੇ ਕਰਕੇ ਮਤਲਬ ਕਿ ਗਾਹਕ ਹਜੇ ਘੱਟ ਆ। ਮੋਗਾ ਦੇ ਦੁਕਾਨਦਾਰਾਂ 'ਤੇ ਪੈ ਰਹੀ ਕੋਰੋਨਾ ਵਾਇਰਸ ਦੀ ਮਾਰ ਬਾਰੇ ਸਾਡੇ ਸਹਿਯੋਗੀ ਜੋਗਿੰਦਰ ਸਿੰਘ ਗਿੱਲ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਤੁਸੀਂ ਵੀ ਸੁਣਿਆ ਕਿਸ ਤਰ੍ਹਾਂ ਕੋਰੋਨਾ ਵਾਇਰਸ ਦੀਆਂ ਅਫਵਾਹਾਂ ਦੇ ਚੱਲਦਿਆਂ ਲੋਕ ਰੰਗਾਂ ਤੋਂ ਦੂਰ ਭੱਜ ਰਹੇ ਆ, ਜਦਕਿ ਇਸ ਤੋਂ ਪਹਿਲਾਂ ਲੋਕਾਂ ਵਿੱਚ ਹੋਲੀ ਦੇ ਰੰਗਾਂ ਦੀ ਖਰੀਦ ਲਈ ਉਤਸ਼ਾਹ ਦਿਖਾਈ ਦਿੰਦਾ ਸੀ, ਪਰ ਇਸ ਵਾਰ ਬਾਜ਼ਾਰਾਂ ਵਿੱਚੋਂ ਰੌਣਕ ਪੂਰੀ ਤਰ੍ਹਾਂ ਗਾਇਬ ਦਿਖਾਈ ਦੇ ਰਹੀ ਹੈ।